ਤਰਨਤਾਰਨ ਸ਼ਹਿਰ ਸਿਵਲ ਹਸਪਤਾਲ ਦੇ ਸਾਹਮਣੇ ਬਣੇ ਮੈਡੀਕਲ ਸਟੋਰਾਂ ਦੀਆਂ ਦੁਕਾਨਾਂ ਤੇ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਦੁਕਾਨਾਂ ਨੂੰ ਲੁੱਟ ਕੇ ਚੋਰ ਲੈ ਗਏ ਤੇ ਸਭ ਤੋਂ ਪਹਿਲਾਂ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਵੀ ਦੂਸਰੀ ਤਰਫ ਕਰ ਦਿੱਤੇ ਤੇ ਦੁਕਾਨ 'ਚ ਦਾਖਲ ਹੋ ਕੇ ਮੈਡੀਕਲ ਸਟੋਰਾਂ 'ਚ ਪਈਆਂ ਦਵਾਈਆਂ ਤੇ ਪੈਸੇ ਲੈ ਗਏ ਤੇ ਨਾਲੇ ਸੀਸੀਟੀਵੀ ਰਿਕਾਰਡਰ ਵੀ ਲੈ ਗਏ ਤੇ LED ਵੀ ਲੈ ਗਏ। ਜਦੋਂ ਇਸ ਬਾਰੇ ਤਰਨ ਤਾਰਨ ਦੀ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਪੁੱਜੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਦੱਸਣਾ ਜ਼ਰੂਰੀ ਹੈ ਕਿ ਤਰਨ ਤਾਰਨ ਦੀ ਪੁਲਿਸ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਅਗਰ ਰਾਤ ਨੂੰ ਗਸ਼ਤ ਦੌਰਾਨ ਪੁਲਿਸ ਕਿੱਥੇ ਸੀ ਤੇ PCR ਕਿੱਥੇ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਸਾਡੀਆਂ ਦੁਕਾਨਾਂ ਵਿੱਚ ਚੋਰੀ ਕਿਵੇਂ ਹੋਈ। ਲੋਕਾਂ ਨੇ ਦੇਖਿਆ ਕਿ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸਨ ਤੇ ਪੁਲਿਸ ਨੂੰ ਸੂਚਿਤ ਕੀਤਾ। ਉੱਥੇ ਚੋਰੀ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਨਸ਼ੇੜੀ ਹਨ। ਕਾਰਨ ਹੈ ਕਿ ਨਸ਼ੇੜੀਆਂ ਨੂੰ ਟੀਕੇ ਸਰਿੰਜਾਂ ਨਹੀਂ ਦਿੱਤੀਆਂ ਜਾ ਰਹੀਆਂ। ਕੁਝ ਤੇ ਸਾਡੇ ਕੋਲੋਂ ਆ ਕੇ ਲੜਾਈ ਕਰਦੇ ਹਨ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ ਅਤੇ ਫਿਰ ਚੋਰੀ ਹੋਈ ਤਾਂ ਸਾਰੇ ਮੈਡੀਕਲ ਸਟੋਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਦੁਕਾਨ ਬੰਦ ਕਰਕੇ ਗਏ ਜੀ, ਹੁਣ ਬੰਦਿਆਂ ਨੇ ਸਿਰਿਆਂ ਭੇਜਿਆ ਵੀ ਤੁਹਾਡੇ ਜਿੰਦਰੇ ਟੁੱਟ ਗਿਆ, ਅਸੀਂ ਆਏ ਹਾਂ ਅਤੇ ਕੈਮਰੇ ਜਿਹੜੇ ਆ ਉਹ ਆ ਚੁੱਕੇ ਆ ਅਤੇ DVD ਦੇ ਉਹ ਸੈੱਟ ਜਿਹੜਾ ਹੈਗਾ LCD ਅਤੇ ਗਲੇ 'ਚ 20,000 ਰੁਪਈਆ ਸੀ ਅਤੇ 15,000 ਰੁਪਈਆ ਦਾ ਸੰਬੰਧ ਸੀ ਜਿਹੜਾ ਕੱਢਦੇ ਹਾਂ ਜੀ, ਉਹ ਨੁਕਸਾਨ ਹੋਇਆ। ਬਾਕੀ ਦਵਾਈ ਵੇਖ ਕੇ ਪਤਾ ਲੱਗੂਗਾ ਕਿੰਨਾ ਨੁਕਸਾਨ ਹੋਇਆ ਕਿੰਨਾ ਨਹੀਂ। ਇਹ ਹੁਣ ਕਿਸੇ ਗਰੋਹ ਦਾ ਹੀ ਹੋ ਸਕਦਾ ਜੀ, ਅਸੀਂ ਕੀ ਕਹਿ ਸਕਦੇ ਕਿਹਦਾ ਗਰੋਹ। ਤਿੰਨ ਦਿਨ ਨਾ ਇੱਕ ਨਿਊ ਪੰਜਾਬ ਮੈਡੀਕਲ ਹਾਲ, ਇੱਕ ਪੰਜਾਬ ਡਾਇਗਨੋਸ ਸੈਂਟਰ ਅਤੇ ਇੱਕ ਪੰਜਾਬ ਮੈਡੀਕਲ ਸਟੋਰ। ਪੁਲਿਸ ਦਾ ਪੈਰਾ ਨਹੀਂ ਆ, ਗਨਮੈਨ ਹੈਗਾ ਬੈਂਕ ਦਾ, ਇਹ ਵੀ ਕਹਿੰਦਾ ਮੈਂ 11 ਵਜੇ ਤਾਂ ਹੁੰਦਾ ਬਾਹਰ, ਬਾਕੀ ਮੈਂ ਅੰਦਰ ਨੂੰ ਨਾ ਆਈ ਡੀ ਪਾਈਆਂ ਨੇ ਵੀ ਇਹਨਾਂ ਦਾ ਸਖ਼ਤ ਕਾਰਵਾਈ ਹੋਵੇ ਅਤੇ ਨਾ ਕਿਸੇ ਦਾ ਨੁਕਸਾਨ ਨਾ ਹੋਵੇ। ਅਗਸਤ ਤਾਂ ਹੈ ਹੀ ਨਹੀਂ, ਅਗਸਤ ਤਾਂ ਨਾ ਹੀ ਕੋਈ ਨਹੀਂ ਹੈਗਾ ਜੀ ਇੱਥੇ। ਅੱਛਾ, ਇਹ ਇੱਕ ਬੜੀ ਮੰਦਭਾਗੀ ਘਟਨਾ ਵਾ ਸਾਡੇ ਦਵਾਈਆਂ ਵੇਚਣ ਵਾਲਿਆਂ ਵਾਸਤੇ। ਅੱਜ ਤਰਨ ਤਾਰਨ ਦੇ ਹੋਰ ਜਗ੍ਹਾ ਵੀ ਦੁਕਾਨਾਂ ਦੇ ਸ਼ਟਰ ਟੁੱਟੇ ਆ, ਚੋਰੀ ਦੀਆਂ ਵਾਰਦਾਤਾਂ ਹੋਈਆਂ ਵਾ। ਇਹ ਸਾਰਾ ਕੁਛ ਜਿਹੜੇ ਨਸ਼ੇ ਦੇ ਆਦੀ ਮੁੰਡੇ ਆ, ਨਸ਼ੇ ਦੇ ਆਦੀ ਆ, ਉਹਨਾਂ ਦੇ ਇਹ ਕਾਰਵਾਈ ਆ, ਪ੍ਰਸ਼ਾਸਨ ਸੁੱਤਾ ਪਿਆ ਵਾ। ਦੇਖੋ ਪ੍ਰਸ਼ਾਸਨ ਨੇ ਜਿੰਨਾ ਵੀ ਦਬਾਅ ਆ ਉਹ ਸਾਰਾ ਕੈਮਿਸਟਾਂ ਉੱਤੇ ਪਾਇਆ ਵਾ ਵੀ ਕਿਸੇ ਕਿਸਮ ਦੀ ਦਵਾਈ ਨਾ ਵੇਚੋ। ਪਿਛਲੇ 2-3 ਦਿਨ ਤੋਂ ਪ੍ਰਸ਼ਾਸਨ ਵੱਲੋਂ ਹੁਕਮ ਹੋਇਆ ਵਾ ਵੀ ਈਵਨ ਕਿ ਜਿਹੜੀ ਸਰਿੰਜ ਆ ਜਿਹਨੂੰ ਆਪਾਂ ਜਿਹਦੇ ਨਾਲ ਟੀਕਾ ਇੰਜੈਕਟ ਹੁੰਦਾ ਹੈ ਉਹਦੇ ਉਹ ਬੈਨ ਕੀਤਾ ਗਿਆ ਵਾ, ਬੰਦ ਕੀਤਾ ਗਿਆ। ਸਾਡੇ ਦਵਾਈਆਂ ਵਾਲਿਆਂ ਵੱਲੋਂ ਐਸੋਸੀਏਸ਼ਨ ਵੱਲੋਂ ਬਿਲਕੁਲ ਦਵਾਈਆਂ ਦੀ ਸੇਲ ਦੇ ਉੱਤੇ ਜਿਹੜੀ ਦਵਾਈਆਂ ਦੀ ਸਰਿੰਜ ਈਵਨ ਸਿੰਗਲ ਸਰਿੰਜ ਵੀ ਅਸੀਂ ਬੰਦ ਕਰ ਦਿੱਤੀ ਆ, ਉਹਦੇ ਕਰਕੇ ਇਹਨਾਂ ਨਸ਼ੇੜੀਆਂ ਨੂੰ ਭੱਜਣਾ ਪੈ ਗਈਆਂ ਵਾ। ਇਹਨਾਂ ਨੂੰ ਨਸ਼ੇੜੀਆਂ ਨੂੰ ਆਪਣੇ ਲਾਲੇ ਪੈ ਗਏ ਨਸ਼ੇ ਦੇ, ਇਹ ਹੁਣ ਦਵਾਈਆਂ ਦੀ ਦੁਕਾਨਾਂ ਦੇ ਤਾਲੇ ਤੋੜ ਰਹੇ ਨੇ ਔਰ ਚੋਰੀਆਂ ਕਰ ਰਹੇ ਨੇ। ਮੈਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਾਂਗਾ ਕਿ ਇਹਨਾਂ ਚੋਰੀਆਂ ਨੂੰ ਠੱਲ ਪਾਉਣ, ਇਹਨਾਂ ਨਸ਼ੇੜੀਆਂ ਨੂੰ ਫੜ ਕੇ ਵੀ ਅੰਦਰ ਦੇਣ। ਅੱਗੇ ਬੇਨਤੀ ਕਰਾਂਗਾ ਪ੍ਰਸ਼ਾਸਨ ਦੇ ਅੱਗੇ ਕਿ ਦਵਾਈਆਂ ਵਾਲੀਆਂ ਦੁਕਾਨਾਂ ਦੇ ਉੱਤੇ ਅੱਜ ਜਿਹੜਾ ਇਹ ਚੋਰੀਆਂ ਦਾ ਘਟਨਾ ਵਾਪਰੀ ਹੈ, ਜੇ ਕੱਲ੍ਹ 1-2 ਦੁਕਾਨਾਂ ਦੇ ਹੋਰ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਅਸੀਂ ਪੂਰੇ ਜ਼ਿਲ੍ਹੇ ਤਰਨ ਤਾਰਨ ਦੇ ਵਿੱਚ ਹੜਤਾਲ ਕਰਾਂਗੇ, ਪ੍ਰਸ਼ਾਸਨ ਦੇ ਖਿਲਾਫ ਜਾਵਾਂਗੇ। ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਵੀ ਦਵਾਈਆਂ ਵਾਲਿਆਂ ਨੂੰ, ਕੈਮਿਸਟਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਬਜਾਏ ਇਹਨਾਂ ਨਸ਼ੇੜੀਆਂ ਨੂੰ ਠੱਲ ਪਾਈ ਜਾਵੇ, ਇਹ ਨਸ਼ੇ ਦੇ ਸੋਰਸਾਂ ਨੂੰ ਠੱਲ ਪਾਈ ਜਾਵੇ, ਜਿੱਥੋਂ ਇਹ ਨਸ਼ਾ ਬਣ ਕੇ ਆਉਂਦਾ ਉਹਨਾਂ ਨੂੰ ਠੱਲ ਪਾਈ ਜਾਵੇ, ਔਰ ਜਿੱਥੇ ਥੋਕ ਦੇ ਵਿੱਚ ਨਸ਼ਾ ਵਿਕਦਾ ਉਹਨਾਂ ਨੂੰ ਠੱਲ ਪਾਈ ਜਾਵੇ, ਸਮੈਕ ਦੇ ਉੱਤੇ, ਹੀਰੋਇਨ ਦੇ ਉੱਤੇ, ਸਿੰਥੈਟਿਕ ਨਸ਼ੇ ਦੇ ਉੱਤੇ ਠੱਲ ਪਾਈ ਜਾਵੇ। ਇਹਨਾਂ ਹੀ ਕਹਿੰਦੇ ਹੋਇਆ ਮੈਂ ਆਪਣੀ ਸਾਰੀ ਐਸੋਸੀਏਸ਼ਨ ਦੇ ਅੱਜ ਮੈਂਬਰ ਇਕੱਠੇ ਕਰ ਰਿਹਾ ਵਾਂ। ਦੂਜੇ ਪਾਸੇ ਇਸ ਬਾਰੇ MLA ਧਰਮਵੀਰ ਅਗਨੋਤਰੀ ਨੇ ਕਿਹਾ ਕਿ ਜੋ ਕੁਝ ਮੈਡੀਕਲ ਸਟੋਰਾਂ 'ਤੇ ਰਾਤ ਨੂੰ ਚੋਰੀ ਹੋਈ ਹੈ ਇਸ ਸੰਬੰਧੀ SSP ਨੂੰ ਕਹਾਂਗਾ ਕਿ ਤਰਨ ਤਾਰਨ ਵਿੱਚ ਰਾਤ ਨੂੰ ਗਸ਼ਤ ਵਧਾਈ ਜਾਵੇ। ਉਹਨਾਂ ਨੇ ਕਿਹਾ ਕਿ ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਸਭ ਕੁਝ ਹੋ ਰਿਹਾ ਹੈ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਕੋਈ ਨਾ ਕੋਈ 1-2 ਜਿਹੜੀ ਘਟਨਾ ਜਿਹੜੀ ਸਾਡੇ ਸ਼ਹਿਰ 'ਚ ਹੁੰਦੀ ਜਾਂਦੀ ਹੈਗੀ ਹੈ, ਚਾਹੇ ਮੈਡੀਕਲ ਸਟੋਰ ਦੀ ਹੋਵੇ ਚਾਹੇ ਕੋਈ ਦੂਜੀ ਹੋਵੇ, ਪੁਲਿਸ ਜਿਹੜੇ ਬੜੇ ਯਤਨ ਕਰ ਰਹੀ ਹੈ। ਪਰ ਪ੍ਰੋਬਲਮ ਇੱਕ ਪੁਲਿਸ ਵਾਸਤੇ ਹੈਗੀ, ਪੁਲਿਸ ਦੀ ਨਫਰੀ ਬਹੁਤ ਘੱਟ ਵਾ, ਕਿਉਂਕਿ ਅਲੱਗ ਅਲੱਗ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਸੈੱਲ ਬਣਾਏ ਗਏ ਨੇ, ਚਾਹੇ ਉਹ ਐਂਟੀ ਟੈਰਰ ਸੈੱਲ ਹੈਗੇ ਨੇ, ਚਾਹੇ ਐਂਟੀ ਜਿਹੜਾ ਹੈਗਾ ਵਾ
ਧੋਖਾਧੜੀ ਦੇ ਸੈੱਲ ਨੇ, ਐਂਟੀ ਟਰੈਵਲਿੰਗ ਦੇ ਏਜੰਟ ਨੇ, ਵੋਮਨ ਜਿਹੜੀਆਂ ਨੇ ਸੈੱਲ ਬਣਿਆ ਵਾ, ਉਹਦੇ ਕਰਕੇ ਪੁਲਿਸ ਜਿਹੜੀ ਆ ਉਹ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਵੰਡੀ ਗਈ ਆ, ਉੱਥੇ ਉਹਦੀ ਨਫਰੀ ਆ ਅਤੇ ਪੁਲਿਸ ਸਟੇਸ਼ਨਾਂ ਦੇ ਵਿੱਚ ਬਹੁਤ ਨਫਰੀ ਘੱਟ ਆ। ਇਹਦੇ ਸੰਬੰਧ ਵਿੱਚ ਮੈਂ ਜਿਹੜੇ ਸਾਡੇ ਆਈ ਜੀ ਸਾਹਿਬ ਨੇ ਔਲਖ ਸਾਹਿਬ, ਉਹਨਾਂ ਨੂੰ ਮਿਲ ਕੇ ਆਇਆ ਸੀ ਵੀ ਸਾਡੇ ਸ਼ਹਿਰ ਨੂੰ ਤੁਸੀਂ ਪੁਲਿਸ ਦੀ ਨਫਰੀ ਦਿਓ। ਉਹਨਾਂ ਨੇ ਕਿਹਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਪੁਲਿਸ ਜਿਹੜੀ ਹੈਗੀ ਖਾਸ ਕਰਕੇ ਕੌਂਸਟੇਬਲ ਪਹਿਲੋਂ ਹੀ ਜ਼ਿਆਦਾ ਨੇ, ਅਤੇ ਉਹਦਾ ਕਾਰਨ ਕੀ ਲੱਗਾ? ਕਾਰਨ ਇਹ ਆ ਵੀ ਅਲੱਗ ਅਲੱਗ ਜਿਹੜੇ ਸੈੱਲਾਂ ਦੇ ਵਿੱਚ ਬੈਠੇ ਨੇ। ਮੈਂ ਉੱਪਰ ਵੀ ਕਿਹਾ ਸੀ ਵੀ ਇਹਨਾਂ ਨੂੰ ਸਾਰਿਆਂ ਤੁਸੀਂ ਜਿਹੜਾ ਸਿਟੀ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਹੀ ਲਾਓ, ਇੱਕ ASI ਜਾਂ ਸਬ ਇੰਸਪੈਕਟਰ ਇੰਚਾਰਜ ਬਣੇ, ਜਦੋਂ ਕਿਸੇ ਲੋੜ ਪਵੇ ਐਮਰਜੈਂਸੀ ਵਿੱਚ ਬਾਕੀ ਸਾਰੇ ਵੀ ਉੱਥੇ ਪ੍ਰੈਜੈਂਟ ਹੋਣ, ਉੱਥੇ ਪਹੁੰਚ ਸਕਦੇ। ਨਹੀਂ, ਇਹ ਮੈਡੀਕਲ ਸਟੋਰ ਦੀ ਗੱਲ ਨਹੀਂ ਹੈਗੀ, ਕਿਸੇ ਕਰਿਆਨੇ ਦੁਕਾਨ 'ਤੇ ਵੀ ਹੋ ਸਕਦੀ, ਕਿਤੇ ਮਿਠਾਈ ਦੀ ਦੁਕਾਨ 'ਤੇ ਹੋ ਸਕਦੀ, ਕਿਸੇ ਇਲੈਕਟ੍ਰੀਸ਼ਨ ਦੁਕਾਨ 'ਤੇ ਵੀ ਹੋ ਸਕਦੀ ਆ। ਚੋਰ ਨੂੰ ਤਾਂ ਉੱਥੇ ਵੇਖਣਾ ਜਿੱਥੋਂ ਕੋਈ ਚੰਗਾ ਸਮਾਨ ਮਿਲ ਜਾਵੇ, ਜਿੱਥੇ ਕੀਮਤੀ ਹੋਵੇ ਉੱਥੇ ਲੱਗ ਜਾਂਦਾ। ਜਗਤੀ ਲੈਲੀ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।